अमृतसर पुलिस कमिश्नरेट वालों एक नवा इनिशिएटिव लिया गया जिदे विच की शक्ति टीम्स की गल हो रही है। शक्ति टीम्स हर एक थाने विच पहले दिन तो असी घट्टो घट एक शक्ति टीम रखांगे। 20 थाने पुलिस स्टेशन साड़ी ज्यूरिसडिक्शन दे विच अमृतसर सिटी पुलिस की ज्यूरिसडिक्शन दे विच है, इस करके 20 शक्ति टीम्स का उपराला किया जा रहा है। हुणे सवाल यह उठता है कि शक्ति टीम का काम की है। शक्ति टीम्स बेसिकली एक साइकोलॉजिकल दबाव बनाने वास्ते माड़े अंसर के उपर जिहड़े कि ईव टीजिंग या क्राइम अगेंस्ट वुमेन नू कमिट करते हैं, वो जे अंसर के खिलाफ ये शक्ति टीम्स का गठन किया गया। ये पब्लिक प्लेसिस ते पब्लिक ट्रांसपोर्ट दे विच अलग अलग थावां ते जिथे भी ईव टीजिंग होने का खदशा रहिंदा है, गर्ल्स कॉलेजेस दे बाहर या स्कूल्स दे बाहर चौरस्तियां ते जिथों सानू हुण तक कई कंप्लेंट्स आई हैं जिदे विच कि विमेन हरासमेंट दा जिक्र हुंदा है, ओहो जे हॉटस्पॉट्स नू फिगर आउट करके हर एक थाने दे विच ये मोबाइल टीम्स होणगियां जिदे विच कि 2 विमेन पुलिस ऑफिसर ते एक मेल पुलिस ऑफिसर घट्टो घट होगा। इस तो अलावा इन्हां कोले स्पाई कैमरे वगैरह भी होणगे जिन्हां दे थ्रू जे कोई इस तरह की हरकत हुंदी है, जे कोई इस तरह का क्राइम हुंदा है उहदा एविडेंस भी कलैक्ट किया जाए। ये एक डिकॉय टीम होगी जिदे विच कि ये जिहड़ी शक्ति टीम है ये सिविज दे विच होणगियां, यूनिफॉर्म दे विच नहीं होणगियां, ताकि वो जिहड़ा माड़ा आंसर है जे किसी पब्लिक प्लेस दे उत्ते इस तरह की हरकत करता तो उन्हें फड़िया जा सके। एविडेंस बेस्ड पुलिसिंग ये होगी जिथे ये जापूगा कि किसी तरह का क्रिमिनल केस बुक करना है तो क्रिमिनल केस भी बुक किया जाऊगा, जिथे लगेगा कि प्रिवेंटिव एक्शन लेना है या काउंसलिंग की लोड़ है उत्थे प्रिवेंटिव एक्शन या काउंसलिंग भी कंसर्नड इंडिविजुअल दी कीती जाऊगी। इहदे विच उहदे घरदिआं नूं भी शामिल किया जाऊगा ताकि इस तरह की जो पब्लिक प्लेस दे विच न्यूसेंस मोंगर्स हैगे है उन्हां नूं ठल पाई जा सके। इस तो अलावा विमेन सेफ्टी वास्ते साड़ी पूरी टीम बहुत ही चंगा उपराला कर रही है। इस विच सुडरविली जॉइंट सीपी वालों ते मनप्रीत
ACP साइबर ਹੋਰਾਂ ਵੱਲੋਂ ਇਹਨਾਂ ਦੀ ਸਾਰੀ ਟੀਮ ਵੱਲੋਂ ਬਹੁਤ ਚੰਗੇ ਉਪਰਾਲੇ ਕੀਤੇ ਜਾ ਰਹੇ ਹੈ। ਮੈਂ ਇਸ ਗੱਲ ਦੀ ਵਧਾਈ ਵੀ ਦੇਣਾ ਚਾਹੂੰਗਾ ਜਿਹੜਾ ਕ੍ਰਾਈਮ ਅਗੇਂਸਟ ਵਿਮੈਨ ਦੇ ਉੱਪਰ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲਏ ਜਾ ਰਹੇ ਹੈ। ਇਹ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਟਰਾਈਡ ਐਂਡ ਟੈਸਟਿਡ ਮਾਡਲ ਹੈ ਉਹ ਫੋਲੋ ਕੀਤੇ ਜਾ ਰਹੇ ਹੈ। ਤਕਰੀਬਨ 70 ਤੋਂ 80 ਦੇ ਆਸ ਪਾਸ ਵਿਮੈਨ ਸੇਫਟੀ ਆਫਿਸਰਸ ਦਾ ਵੀ ਉਪਰਾਲਾ ਕੀਤਾ ਗਿਆ ਪੂਰੇ ਸ਼ਹਿਰ ਦੇ ਵਿੱਚ। ਹਰ ਇੱਕ ਵਿਮੈਨ ਸੇਫਟੀ ਆਫਿਸਰ ਨੂੰ ਸ਼ਕਤੀ ਆਫਿਸਰ ਵੀ ਕਿਹਾ ਜਾਊਗਾ, ਜਿਸ ਵਿੱਚ 2 ਤੋਂ 3 ਜਾਂ ਕਿਸੇ ਥਾਂ 'ਤੇ ਜੇ ਕਲੱਸਟਰ ਹੈ ਤਾਂ 5 ਸਕੂਲ ਜਿਹੜੇ ਕਿ ਗਰਲਜ਼ ਸਕੂਲ ਜਾਂ ਗਰਲਜ਼ ਕਾਲਜਿਸ ਹੋਣਗੇ ਉਹਨਾਂ ਦੀ ਸੁਪਰਵਿਜ਼ਨ, ਉਹਨਾਂ ਦੀ ਮੋਨੀਟਰਿੰਗ ਕਿ ਕਿਸ ਤਰੀਕੇ ਨਾਲ ਉੱਥੇ ਮਾੜੇ ਅਨਸਰ ਜੋ ਬੱਚੀਆਂ ਨੂੰ ਤੰਗ ਕਰਦੇ ਹੈ ਈਵ ਟੀਜ਼ਿੰਗ ਦੇ ਰਿਲੇਟਿਡ ਜਾਂ ਹੋਰ ਉਹਨਾਂ ਏਰੀਆ ਦੇ ਵਿੱਚ ਅਵੇਅਰਨੈਸ ਜਨਰੇਟ ਕਰਨ ਵਾਸਤੇ, ਉਹਨਾਂ ਸਕੂਲਾਂ ਅਤੇ ਕਾਲਜਿਸ ਦੇ ਵਿੱਚ ਵੀ ਅਵੇਅਰਨੈਸ ਜਨਰੇਟ ਕਰਨ ਵਾਸਤੇ ਇਹ ਵਿਮੈਨ ਸੇਫਟੀ ਆਫਿਸਰ ਜਾਂ ਸ਼ਕਤੀ ਆਫਿਸਰ ਜਿਹੜੇ ਹੈ ਉਹ ਕੰਮ ਕਰਨਗੇ। ਇਹਨਾਂ ਦੀ ਗਿਣਤੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵਧਾਈ ਜਾਊਗੀ। 100 ਤੋਂ 150 ਦਾ ਉਪਰਾਲਾ ਇਸ ਤਰ੍ਹਾਂ ਦੇ ਆਫਿਸਰਸ ਦਾ ਅਸੀਂ ਕਰਾਂਗੇ। ਇਸ ਤੋਂ ਇਲਾਵਾ ਅਸੀਂ ਪਿੱਕ ਐਂਡ ਡਰੋਪ ਫੈਸਿਲਿਟੀ ਜਿਹੜੀ ਹੈ ਉਹਦਾ ਜਿਹੜਾ ਹੈਲਪਲਾਈਨ ਨੰਬਰ ਹੈ ਉਹ ਵੀ ਲਾਂਚ ਕਰ ਰਹੇ ਹਾਂ। ਇਹ ਮਲਟੀਪਰਪਜ਼ ਨੰਬਰ ਹੋਊਗਾ ਜਿਸ ਵਿੱਚ ਜੇ ਕੋਈ ਹਰਾਸਮੈਂਟ ਦਾ ਕੇਸ ਹੈ ਉਹ ਵੀ ਪਾਇਆ ਜਾ ਸਕਦਾ ਹੈ, ਜਾਂ ਪਿੱਕ ਐਂਡ ਡਰੋਪ ਫੈਸਿਲਿਟੀ ਦੇ ਰਿਗਾਰਡਿੰਗ ਜੇ ਕੋਈ ਕੁਇਰੀ ਹੈ ਜਾਂ ਪਿੱਕ ਐਂਡ ਡਰੋਪ ਫੈਸਿਲਿਟੀ ਕਿਸੇ ਨੂੰ ਅਰਜੈਂਟ ਬੇਸਿਸ 'ਤੇ ਚਾਹੀਦੀ ਹੈ, ਕੋਈ ਸ਼ਾਮ ਦਾ ਵੇਲਾ ਹੈ ਜਾਂ ਕਿਸੇ ਲੇਡੀ ਨੂੰ ਕੋਈ ਇਸ ਤਰ੍ਹਾਂ ਦਾ ਖਦਸ਼ਾ ਲੱਗ ਰਿਹਾ, ਕੋਈ ਸਸਪੀਸ਼ਨ ਰੇਜ਼ ਹੋ ਰਹੀ ਹੈ ਕਿ ਜਿੱਥੇ ਉਹਨੂੰ ਕਿਸੇ ਤਰ੍ਹਾਂ ਦਾ ਖਤਰਾ ਲੱਗ ਰਿਹਾ, ਤਾਂ ਇਮੀਡੀਏਟਲੀ ਉਹ ਇਸ ਵਟਸਐਪ ਨੰਬਰ 'ਤੇ ਮੈਸੇਜ ਕਰ ਸਕਦੇ ਹੈ, ਕਾਲ ਕਰ ਸਕਦੇ ਹੈ। ਇਹ ਹੈਲਪਲਾਈਨ ਨੰਬਰ 9781100091 ਇਹ ਮਲਟੀਪਰਪਜ਼ ਨੰਬਰ ਹੈ। ਇਹਦੇ ਵਿੱਚ ਅਸੀਂ ਦੇਖਾਂਗੇ, ਇਹਨੂੰ ਹੋਰ ਇਵਾਲਵ ਕਰਾਂਗੇ ਜੇ ਸਾਨੂੰ ਲੱਗੂਗਾ ਕਿ ਇੱਕ ਨੰਬਰ ਨਾਲ ਇਹ ਨਹੀਂ ਠੀਕ ਹੋ ਰਿਹਾ ਤਾਂ ਉਹਦੇ 'ਚ ਅਸੀਂ ਸਪੈਸੀਫਿਕ ਨੰਬਰ ਵੀ ਲਾਂਚ ਕਰਾਂਗੇ। ਫਿਲਹਾਲ 181 'ਤੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਵੀ ਦੱਸੀ ਜਾ ਸਕਦੀ ਹੈ। ਸਾਂਝ ਦੇ ਜਿਹੜੇ ਆਫਿਸਰਸ ਹੈ ਉਹਨਾਂ ਵੱਲੋਂ ਇਹ ਉਪਰਾਲਾ ਬੜੀ ਸ਼ਿੱਦਤ ਨਾਲ ਕੀਤਾ ਗਿਆ, ਕਮਿਊਨਿਟੀ ਦੇ ਨਾਲ, ਲੋਕਲ ਪਬਲਿਕ ਦੇ ਨਾਲ, ਲੋਕਲ ਯੂਥ ਦੇ ਨਾਲ। ਕਮਿਊਨਿਟੀ ਇੰਗੇਜਮੈਂਟ ਦੀ ਜੇ ਆਪਾਂ ਗੱਲ ਕਰੀਏ ਤਾਂ ਸਾਂਝ ਦੇ ਆਫਿਸਰਸ ਬਹੁਤ ਚੰਗਾ ਉਪਰਾਲਾ ਕਰ ਰਹੇ ਹੈ। ਜਿਹੜੇ ਸਾਡੇ ਸੀਨੀਅਰ ਆਫਿਸਰਸ ਹੈ ਜੁਆਇੰਟ CP ਮੈਮ ਸੁਡਰਵਿਲੀ ਵੱਲੋਂ ਅਤੇ ACP ਸਾਈਬਰ ਕ੍ਰਾਈਮ ਮਨਪ੍ਰੀਤ ਹੋਰਾਂ ਵੱਲੋਂ ਅਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਹੈ। ਤਾਂ ਜਿਹੜੀ 181 ਡੈਡੀਕੇਟਿਡ ਹੈਲਪਲਾਈਨ ਹੈ ਵਿਮੈਨ ਦੀ ਉਹਨੂੰ ਯੂਟੀਲਾਈਜ਼ ਕੀਤਾ ਜਾ ਸਕਦਾ ਹੈ। ਅਤੇ ਇੱਕ ਜਿਹੜਾ ਮੈਂ ਮਲਟੀਪਰਪਜ਼ ਨੰਬਰ ਦਾ ਬਿਆਨ ਕੀਤਾ ਹੈ 9781100091, ਅਸੀਂ ਇਹਨੂੰ ਮੀਡੀਆ ਦੇ ਰਾਹੀਂ, ਤੁਹਾਡੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਵੀ ਇਹਨੂੰ ਪਬਲਿਸਾਈਜ਼ ਕਰਾਂਗੇ ਤਾਂ ਕਿ ਇਹ ਹਰ ਇੱਕ ਜ਼ਰੂਰਤਮੰਦ ਤੱਕ ਇਹ ਨੰਬਰ ਪਹੁੰਚ ਸਕੇ। ਸਾਡੀ ਇਹ ਰਿਕੁਐਸਟ ਹੈ ਕਿ ਇਹ ਨੰਬਰ ਸਾਰੇ ਆਪਣੇ ਫੋਨ ਦੇ ਵਿੱਚ ਸੇਵ ਕਰਕੇ ਰੱਖੋ, ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਇਸ਼ੂ ਆਉਂਦਾ ਤਾਂ ਇੱਥੇ ਸਾਨੂੰ ਇਨਫੋਰਮ ਕਰ ਸਕਦੇ ਹੋ। JCP ਮੈਮ ਇਹਦੇ ਵਿੱਚ ਹਮੇਸ਼ਾ ਤਤਪਰ ਰਹਿਣਗੇ, ਹਰ ਇੱਕ ਜਿਹੜੀ ਕਾਲ ਜਾਂ ਮੈਸੇਜ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਵੀਡੀਓ ਭੇਜਿਆ ਜਾਂਦਾ, ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਫਲਾਣੀ ਥਾਂ 'ਤੇ ਇਸ ਤਰ੍ਹਾਂ ਦਾ ਕ੍ਰਾਈਮ ਕਮਿਟ ਹੋ ਰਿਹਾ ਕਿਸੇ ਮਾੜੇ ਅਨਸਰ ਵੱਲੋਂ, ਉਹਨੂੰ ਵੀ ਨੋਟ ਕੀਤਾ ਜਾਊਗਾ, ਉਹਨੂੰ ਰਜਿਸਟਰ ਕੀਤਾ ਜਾਊਗਾ, ਉਹਨੂੰ ਡਾਕੂਮੈਂਟ ਕੀਤਾ ਜਾਊਗਾ, ਉਹਦਾ ਫੋਲੋਅਪ ਕੀਤਾ ਜਾਊਗਾ। ਹੁਣ ਅਸੀਂ ਸ਼ਕਤੀ ਟੀਮਸ ਜਿਹੜੀਆਂ ਉਹਨਾਂ ਨੂੰ ਫਲੈਗ ਆਫ ਕਰਾਂਗੇ ਅਤੇ ਆਈ ਐਮ ਸ਼ੋਰ ਕਿ ਜਿਹੜੇ ਲੋਕਲ ਗਰੁੱਪਸ ਹੈਗੇ ਹੈ, ਲੋਕਲ ਜਿਹੜੀਆਂ ਬੀਬੀਆਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹ ਸ਼ਕਤੀ ਆਫਿਸਰ ਦੇ ਨਾਲ ਜੁੜਨਾ ਚਾਹੁੰਦੀਆਂ,
ਇਹ ਰਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ, ਕਮਿਊਨਿਟੀ ਨੂੰ ਅਵੇਅਰ ਕਰਨ ਦਾ ਉਪਰਾਲਾ ਕਰਨਾ ਚਾਹੁੰਦੀ ਹੈ, ਤਾਂ ਉਹ ਜੁਆਇੰਟ ਸੀਪੀ ਸੁਡਰਵਿਲੀ ਹੋਰਾਂ ਦੇ ਨਾਲ, ACP ਮਨਪ੍ਰੀਤ ਹੋਰਾਂ ਦੇ ਨਾਲ ਸੰਪਰਕ ਕਰਨ। ਉਸ ਤੋਂ ਬਾਅਦ ਅਸੀਂ ਇਹ ਸੋਚਾਂਗੇ, ਉਸ ਤੋਂ ਬਾਅਦ ਅਸੀਂ ਇਹ ਦੇਖਾਂਗੇ ਕਿ ਕਿਵੇਂ ਪੂਰੀ ਕਮਿਊਨਿਟੀ ਨੂੰ ਇੰਗੇਜ ਕਰਕੇ ਹਰ ਇੱਕ ਮੁਹੱਲੇ ਦੇ ਵਿੱਚ, ਹਰ ਇੱਕ ਥਾਣੇ ਦੇ ਵਿੱਚ, 20 ਥਾਣੇ ਹੈ, ਹਰ ਇੱਕ ਥਾਣੇ ਦੀ ਜੁਰੀਸਡਿਕਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ, ਤਾਂ ਕਿ ਇੱਕ ਚੰਗਾ ਮਾਹੌਲ ਬੀਬੀਆਂ ਵਾਸਤੇ ਕ੍ਰੀਏਟ ਕੀਤਾ ਜਾ ਸਕੇ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਆ ਕੇ ਪੂਰੇ ਇਨੀਸ਼ੀਏਟਿਵ ਨੂੰ ਇੱਕ ਨਵੀਂ ਪੱਧਰ 'ਤੇ ਲੈ ਕੇ ਜਾ ਰਹੇ ਹੋ। ਅਤੇ ਹੁਣ ਅਸੀਂ ਰਿਕੁਐਸਟ ਕਰਦੇ ਹਾਂ ਜਿਹੜੀਆਂ ਸਾਡੀਆਂ ਟੀਮਸ ਹੈ ਉਹਨਾਂ ਨੂੰ ਫਲੈਗ ਆਫ ਕਰਨ ਦਾ। ਅਤੇ ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ਕੋਈ ਕੁਇਰੀ ਹੈ ਇਹਦੇ ਰਿਗਾਰਡਿੰਗ, ਤਾਂ ਤੁਸੀਂ ਉਹ ਕੁਇਰੀ ਰੇਜ਼ ਕਰ ਸਕਦੇ ਹੋ। ਕਿੰਨੀਆਂ ਸਰ ਵਹੀਕਲ ਜਿਹੜੀਆਂ ਇਹਦੇ ਵਿੱਚ ਮਤਲਬ ਪੁਲਿਸ ਜਿਹੜਾ ਡਿਪਾਰਟਮੈਂਟ ਉਹਨਾਂ ਡਿਪਲੋਏ ਕੀਤੀਆਂ ਜਾਂਦੀਆਂ ਜਾਂ ਪਰਸਨਲ ਵਹੀਕਲ ਯੂਜ਼ ਹੋਣਗੇ? ਸੈਕਿੰਡ ਇਜ਼ ਕਿ ਦਾ ਫਿਊਲ ਇਜ਼ ਅ ਕੁਐਸਚਨ, ਫਿਊਲ ਹੈ ਉਹ ਸਰਕਾਰੀ ਹੋਏਗਾ ਜੀ ਜਾਂ ਮਤਲਬ ਦੇ ਹੈਵ ਟੂ? ਨਹੀਂ ਦੇਖੋ, ਇਹ ਜਿਹੜਾ ਬਿਲਕੁਲ ਐਡਮਿਨਿਸਟ੍ਰੇਟਿਵ ਕੁਐਸਚਨ ਹੈ, ਆਪਾਂ ਇੱਕ ਉਪਰਾਲੇ ਦੀ ਗੱਲ ਕਰ ਰਹੇ ਹੈਗੇ ਹਾਂ। ਇਹਦੇ ਵਿੱਚ ਸਰਕਾਰੀ ਫਿਊਲ ਓਬਵੀਅਸ ਗੱਲ ਹੈ, ਜਦੋਂ ਇੱਕ ਸਰਕਾਰੀ ਕੰਮ ਹੋ ਰਿਹਾ ਤਾਂ ਉਹਦੇ 'ਚ ਸਰਕਾਰੀ ਫਿਊਲ ਹੀ ਹੋਊਗਾ। ਇਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਅਸੀਂ PCR ਵੀ ਯੂਜ਼ ਕਰ ਰਹੇ ਹਾਂ, ਇਹਨਾਂ ਦੇ ਵਿੱਚ ਅਸੀਂ ਆਉਣ ਵਾਲੇ ਟਾਈਮ 'ਚ ਥੋੜ੍ਹੇ ਦਿਨਾਂ ਦੇ ਵਿੱਚ ਹੀ GPS ਦੀ ਫੈਸਿਲਿਟੀ ਵੀ ਲਾਂਚ ਕਰ ਰਹੇ ਹੈਗੇ। ਤਾਂ ਉਹ ਵੀ ਅਸੀਂ ਦੇਖਾਂਗੇ ਕਿ ਕਿੱਥੇ ਕਿਹੜੇ ਵਹੀਕਲ ਦੀ ਲੋੜ ਹੈ। ਸਾਡੇ ਕੋਲ 100 ਦੇ ਆਸ ਪਾਸ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਦੇ ਵਿੱਚ ਮੋਟਰਸਾਈਕਲ ਵੀ ਹੈ, ਅਤੇ 40 ਦੇ ਆਸ ਪਾਸ ਜਿਹੜੇ ਹੈ 4-wheelers ਵੀ ਹੈਗੇ ਆ, PCR ਵੈਨਸ ਹੈਗੀਆਂ, ਉਹਨਾਂ ਨੂੰ ਵੀ ਯੂਜ਼ ਕੀਤਾ ਜਾਊਗਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੁਝ ਥਾਵਾਂ 'ਤੇ ਸਿਵਲ ਦੇ ਵਿੱਚ ਸਾਡੇ ਜਿਹੜੇ ਆਫਿਸਰਸ ਨੇ ਜਾਂ ਜਿਹੜੀਆਂ ਮਹਿਲਾ ਸ਼ਕਤੀ ਦੀਆਂ ਟੀਮਾਂ ਨੇ ਉਹ ਤਾਂ ਨਾਲ ਰਹਿਣਗੀਆਂ, ਤਾਂ ਆਮ ਨਾਗਰਿਕ ਨੂੰ ਕਿੱਦਾਂ ਪਤਾ ਲੱਗੇਗਾ ਕਿ ਅਸੀਂ ਇਹਨਾਂ ਨੂੰ ਜਾ ਕੇ ਸੰਪਰਕ ਕਰ ਸਕਦੇ ਹਾਂ? ਨਹੀਂ, ਉਹਨਾਂ ਨੂੰ ਸੰਪਰਕ ਕਰਨ ਦੀ ਲੋੜ ਨਹੀਂ ਹੈਗੀ, ਉਹਨਾਂ ਦਾ ਕੰਮ ਉਹ ਨਹੀਂ ਹੈਗਾ। ਉਹਨਾਂ ਦਾ ਕੰਮ ਡਿਕੋਏ ਪਾਰਟੀ ਵਾਲਾ, ਉਹ ਸੰਪਰਕ ਵਾਲੇ ਆਫਿਸਰ ਨਹੀਂ ਹੈਗੇ। ਤੁਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹ ਨਜ਼ਰ ਰੱਖਣਗੇ, ਇੱਕ ਤਰ੍ਹਾਂ ਉਸ ਏਰੀਆ ਦੇ ਵਿੱਚ ਇਹ ਮਾਹੌਲ ਹੋਣਾ ਚਾਹੀਦਾ ਕਿ ਕਿਸੇ ਨੂੰ ਇਹ ਪਤਾ ਨਾ ਹੋਵੇ ਕਿ ਸ਼ਕਤੀ ਟੀਮ ਇੱਥੇ ਕਿੱਥੇ ਫਿਰਦੀ ਹੈ, ਤਾਂ ਕਿ ਉਹ ਚੌਕੰਨੇ ਰਹਿਣ। ਬਿਲਕੁਲ, ਅਸੀਂ ਇਹ ਜ਼ਰੂਰ ਕਹਾਂਗੇ ਕਿ ਇੱਕ ਤਰ੍ਹਾਂ ਦਾ ਇਹ ਪ੍ਰੀਵੈਂਟਿਵ ਉਪਰਾਲਾ ਕਿਸੇ ਚੀਜ਼ ਦੀ ਰੋਕਥਾਮ ਕਰਨ ਦਾ, ਕਿਉਂਕਿ ਪੁਲਿਸਿੰਗ ਦੀ ਜੇ ਡੈਫੀਨੇਸ਼ਨ 'ਤੇ ਆਪਾਂ ਆਈਏ ਤਾਂ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਦੀ ਗੱਲ ਹੁੰਦੀ ਹੈ। ਤਾਂ ਇਸ ਦੇ ਰਾਹੀਂ ਅਸੀਂ ਕ੍ਰਾਈਮ ਅਗੇਂਸਟ ਵਿਮੈਨ ਨੂੰ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਨਹੀਂ, ਇਹਦੇ 'ਚ ਵੈਪਨ ਵਾਲੀ ਕੋਈ ਗੱਲ ਨਹੀਂ ਹੈਗੀ। ਹੋਰ ਕੋਈ ਕਿਸੇ ਦਾ ਕੁਐਸਚਨ ਹੋਵੇ ਇਹਦੇ ਰਿਗਾਰਡਿੰਗ? ਨਹੀਂ ਦੇਖੋ, ਇਹ ਟੀਮਸ ਫੰਕਸ਼ਨਲ ਰਹਿਣਗੀਆਂ ਉਹਨਾਂ ਥਾਵਾਂ 'ਤੇ ਜਿੱਥੇ ਸਾਨੂੰ ਇਹ ਲੱਗਦਾ ਕਿ ਈਵ ਟੀਜ਼ਿੰਗ ਦਾ ਖਦਸ਼ਾ ਹੈਗਾ। ਪਹਿਲਾਂ ਇਸ ਕੰਸੈਪਟ ਨੂੰ ਤੁਸੀਂ ਫਿਰ ਤੋਂ ਸਮਝਣ ਦੀ ਕੋਸ਼ਿਸ਼ ਕਰੋ। ਇਹਦੇ ਵਿੱਚ ਜਿਹੜੀਆਂ ਸ਼ਕਤੀ ਟੀਮਸ ਹੈ ਉਹ ਅਲੱਗ ਹੈਗੀਆਂ, ਜਿਹੜੀਆਂ ਵਿਮੈਨ ਸੇਫਟੀ ਆਫਿਸਰਸ ਹੈਗੇ ਆ ਉਹ ਅਲੱਗ ਹੈਗੇ। ਜਿਹੜੇ ਸ਼ਕਤੀ ਟੀਮਸ ਹੈ, ਸ਼ਕਤੀ ਟੀਮਸ ਦਾ ਕੰਮ ਇਹ ਹੈ ਕਿ ਭੀੜ ਭੜੱਕੇ ਵਾਲੇ ਏਰੀਆ ਦੇ ਵਿੱਚ, ਪਬਲਿਕ ਪਲੇਸਿਸ ਦੇ ਵਿੱਚ ਜਾਂ ਪਬਲਿਕ ਟਰਾਂਸਪੋਰਟ ਦੇ ਵਿੱਚ ਜਿੱਥੇ ਸਾਨੂੰ ਰਿਪੋਰਟ ਹੁੰਦੀ ਰਹਿੰਦੀ ਹੈ ਈਵ ਟੀਜ਼ਿੰਗ ਜਾਂ ਕ੍ਰਾਈਮ ਅਗੇਂਸਟ ਵਿਮੈਨ, ਉਸ ਤਰ੍ਹਾਂ ਦੀ ਹਰਾਸਮੈਂਟ ਦੇ ਉੱਤੇ ਨਜ਼ਰ ਰੱਖਣ ਵਾਸਤੇ ਉਸ ਏਰੀਆ ਦੇ ਵਿੱਚ ਜਾ ਕੇ ਕਲੋਜ਼ਲੀ ਮੋਨੀਟਰ ਕੀਤਾ ਜਾਊਗਾ। ਜੇ ਉਹਨਾਂ ਦੇ ਸਾਹਮਣੇ ਵਿਟਨੈਸ ਹੁੰਦੀ ਹੈ ਉਹ ਚੀਜ਼, ਤਾਂ ਉਹਨਾਂ ਨੂੰ ਕੰਸਰਨਡ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਜਾਵਾਂਗੇ। ਜੇ ਉਹਨਾਂ 'ਤੇ ਪਰਚਾ ਬਣਦਾ ਤਾਂ ਪਰਚਾ ਦੇਵਾਂਗੇ, ਜੇ ਕੋਈ ਪ੍ਰੀਵੈਂਟਿਵ ਐਕਸ਼ਨ ਜਾਂ ਕਾਉਂਸਲਿੰਗ ਦੀ ਲੋੜ ਹੈਗੀ ਹੈ ਤਾਂ ਉਹਨਾਂ ਦੇ ਘਰਦਿਆਂ ਦੇ ਸਾਹਮਣੇ ਦਿੱਤੀ ਜਾਊਗੀ। ਜ਼ਿਆਦਾਤਰ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ, ਇਹ ਰਿਪੋਰਟ ਬਹੁਤ ਘੱਟ ਹੁੰਦੀ ਹੈ। ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਅਨਰਿਪੋਰਟਿਡ ਕੇਸਿਸ ਵੀ ਹੈ ਉਹ ਇਹਦੇ ਵਿੱਚ ਅਸੀਂ ਕਵਰ ਕਰ ਲਈਏ। ਬਿਲਕੁਲ, ਇਹ 24x7 ਨੰਬਰ ਓਪਰੇਟ, ਇਹ ਸਾਡੇ ਕੰਟਰੋਲ ਰੂਮ ਦੇ ਵਿੱਚ ਹੋਊਗਾ ਅਤੇ ਉੱਥੋਂ ਹਾਂਜੀ। ਦੇਖੋ, ਇਹ ਕਿਸੇ ਵੀ ਵੇਲੇ, ਕਿਉਂਕਿ ਇਹ ਨੰਬਰ 24x7 ਅਵੇਲੇਬਲ ਹੈ, ਜੇ ਆਪਾਂ ਨੂੰ ਕਿਸੇ ਵੀ ਵੇਲੇ ਇਸ ਤਰ੍ਹਾਂ ਦੀ ਜ਼ਰੂਰਤ
महसूस होंगी है तो कोई भी महिला इस नंबर पर कॉन्टैक्ट कर सकती हैगी है। मैं ये जरूर कहूँगा कि आने वाले टाइम के स्ट्रीमलाइन करांगे, आने वाले टाइम से इनू होर स्ट्रीमलाइन करांगे। जिस तरह दियाँ अपन ये लगेगा कि किस तरह दियाँ कॉल्स आ रही हैं, डिस्ट्रेस्ड कॉल्स आ रही हैं, किस तरह की जरूरत पै रही है, कितने जरूरत पै रही है, उस तरह गड्डियां भी रीओरगनाइज किया जाऊगा, उस तरह कॉल्स वास्ते भी आप अलग अलग ऑपरेटर्स रख सकते हैं, स्पेसिफिक नंबर भी आप रख सकते हैं। इस चीज़ में इवॉल्व करने की लोड़ है तो इवॉल्व करके जिस तरह अगे इनू सोधिया जाऊगा उन्होंने अगे लैके जाया जाऊ। ठीक है जी।